लेकिन इस समय सवरावा वाला फोड़ लेके बाल सदा हो अगली कबड्डी फिर माशी वाले वाला मनजोत पाने वास्ते वाधा होया बाबा सुखचैन साहब कबड्डी क्लब फगवाड़ा की टीम सुरेंद्र मार्ग जी होके लेके आए हैं उस टीम के खिलाड़ी ने नौजवान और सामने चार जाफी चार बरत्याल लाली सुरखपुरी की कमांड के खेलती हुई टीम और दूसरे पास फरियाद छब्बी मैकर का कप का एक बेस्ट नौजवान रिया जाफी के तौर पर खेडे है फरियाद अली जफा लाता हो फरियाद लगे हुआ जफा की पॉइंट इस समय खीरावाल के लिए जुड़ता हुआ साढ़े वीर लाली सुरखपुरी की कमांड के खेलती हुई टीम और दूसरे पास फरियाद छब्बी मैकर का कप का एक बेस्ट नौजवान रिया जाफी के तौर पर खेडे है फरियाद अली जफा लाता हो फरियाद लगे हुआ जफा की पॉइंट इस समय खीरावाल जुड़ता हुआ साढ़े वीर हांडी संधु गोगी बेलड़ा रोहित राव धरना संधु के मक्की जो इसे वालों एक हजार रुपया कहते फरियाद अली दिता गया है फरियाद अली के जफे तो लाद ली कबड्डी फिर अंग्रेज खीरा वाली पाने ली खीरा वाली अंग्रेज कबड्डी पा रहे सरदार मनदीप सिंह डीपी आस्ट्रेलिया वाले डैडी साहब का मान सम्मान अच्छा साढ़े वीर आस्ट्रेलिया साढ़े समुचे क्लब को एक जान वाले निशानी देख रहा मान सम्मान किया जा रहा है चार
ਜਾਫੀ ਦਾ ਹੈ ਲੈ ਵੀ ਰਪਿੰਦਰ ਦੱਸ ਕੇ ਕਿੰਨਾ ਵੱਡਾ ਕਹਿਆਰ ਹੈ ਗੋਗੀ ਬੇਲੜਾ ਮੋਟੀ ਸੰਧੂ ਰੋਗੀ ਸਰਾਓ ਧਾਨਾ ਸੰਧੂ ਤੇ ਮੱਗੀ ਯੂਐਸਏ ਵੱਲੋਂ 1000 ਰੁਪਏ ਗਗਨ ਚੋਕੇ ਵਾਲੇ ਦੀਆਂ ਤਿੰਨ ਕਬੱਡੀਆਂ ਤੇ 2000 ਰੁਪਏ ਇਹਨਾਂ ਭਰਾਵਾਂ ਵੱਲੋਂ ਮਾਨ ਆਇਆ ਮੇਰੇ ਵੀਰੋ ਰਵੀ ਆਲੋਆਂ ਢੇਰੀਆਂ ਵਾਲੇ ਦੀਆਂ 2 ਕਬੱਡੀਆਂ 2000 ਰੁਪਏ ਇਹਨਾਂ ਭਰਾਵਾਂ ਵੱਲੋਂ ਪਹਿਣਗੀਆਂ ਮੋਟੀ ਸੰਧੂ ਗੋਗੀ ਬੇਲੜਾ ਰੋਗੀ ਸਰਾਓ ਧਾਨਾ ਸੰਧੂ ਤੇ ਮੱਗੀ ਯੂਐਸਏ ਉਹਨਾਂ ਵੱਲੋਂ ਮਾਨ ਕੀਤਾ ਜਾਣਾ ਹੈ ਪਰ ਗਗਨ ਚੋਕੇ ਵਾਲੀ ਕਬੱਡੀ ਪਾ ਕੇ ਕੋਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਜਾਲੀ ਸਾਹਿਬ ਤੋਂ ਉੱਪਰ ਦੇ ਜਿਹੜੇ ਬਜ਼ੁਰਗ ਗਗਨ ਸਵਰਾਵਾ ਵਾ ਰੁੱਖ ਮੋੜਨਾ ਔਖਾ ਹੁੰਦਾ ਜਿਵੇਂ ਤੇਜ ਹਵਾਵਾਂ ਦਾ ਰੋਕਣਾ ਲੀਡਰ ਔਖਾ ਕਹਿੰਦੇ ਗਗਨ ਸਵਰਾਵਾ ਦਾ ਬਾਬੇ ਜੋਤਾ ਸਿੰਘ ਦਾ ਪੋਤਰਾ ਹੈ ਬਾਬੇ ਦੇ ਦਾਦੇ ਨੇ ਪਰਦਾਦਿਆਂ ਦਾ ਕਬੱਡੀ ਜਿਹੜੀ ਹੈ ਖੇਡੀ ਗਈ ਹੈ ਕਦੇ ਦਾਦਾ ਖੇਡਿਆ ਕਦੇ ਪਰਦਾਦਾ ਖੇਡਿਆ ਕਦੇ ਪਿਓ ਖੇਡਿਆ ਭਵਿੰਦਰ ਸਿੰਘ ਜੀ ਆਰਮੀ ਦੇ ਵਿੱਚ ਕਬੱਡੀ ਖੇਡਦੇ ਰਹੇ ਹੈ ਔਰ ਵਰਲਡ ਕਬੱਡੀ ਲੀਗ ਦਾ ਇਹ ਵੀ ਨੌਜਵਾਨ ਤਗੜਾ ਭਾਵੀ ਰਿਹਾ ਹੈ ਗਗਨ ਇਸ ਸਮੇਂ ਸਵਰਾਵਾਂ ਵਾਲਾ ਫੜ ਲੈ ਕੇ ਵਾਪਸ ਆਉਂਦਾ ਹੋਇਆ ਅਗਲੀ ਕਬੱਡੀ ਫਿਰ ਵਾਸ਼ੀ ਵਾਲੇ ਵਾਲਾ ਮਨਜੋਤ ਪਾਉਣ ਦੇ ਵਾਸਤੇ ਵਾਧਾ ਹੋਇਆ ਬਾਬਾ ਸੁਖਚੈਨ ਸਾਹਿਬ ਕਬੱਡੀ ਕਲੱਬ ਫਗਵਾੜਾ ਦੀ ਟੀਮ ਸੁਰਿੰਦਰ ਮਾਨਕ ਦੀ ਹੋਂਦ ਦੇ ਵਿੱਚ ਲੈ ਕੇ ਆਏ ਹੈ ਉਸ ਟੀਮ ਦੇ ਖਿਡਾਰੀ ਨੇ ਨੌਜਵਾਨ ਔਰ ਸਾਹਮਣੇ ਚਾਰ ਜਾਫੀ ਚਾਰ ਵਰਤਿਆਰ ਲਾਲੀ ਸੁਰਖਪੁਰੀਆ ਦੀ ਕਮਾਂਡ ਦੇ ਵਿੱਚ ਖੇਡਦੀ ਹੋਈ ਟੀਮ ਔਰ ਦੂਸਰੇ ਪਾਸੇ ਫਰਿਆਦ 26 ਮੈਚਾਂ ਦਾ ਕੱਪ ਦਾ ਬੈਸਟ ਨੌਜਵਾਨ ਰਿਹਾ ਜਾਫੀ ਦੇ ਤੌਰ ਤੇ ਖੇਡਿਆ ਫਰਿਆਦ ਅਲੀ ਜਫਾ ਲਾਉਂਦਾ ਹੋਇਆ ਫਰਿਆਦ ਦਾ ਲੱਗਿਆ ਹੋਇਆ ਜਫਾ ਦੀ ਪੁਆਇੰਟ ਇਸ ਸਮੇਂ ਖੀਰਾਵਾਲ ਦੇ ਲਈ ਜੁੜਦਾ ਹੋਇਆ ਸਾਡੇ ਵੀਰ ਹਾਂਡੀ ਸੰਧੂ ਗੋਗੀ ਬੇਲੜਾ ਰੋਹੀ ਸਰਾਓ ਧਰਨਾ ਸੰਧੂ ਦੇ ਮੱਗੀ ਜੂਐਸਏ ਵੱਲੋਂ 1000 ਰੁਪਇਆ ਕਹਿੰਦੇ ਫਰਿਆਦ ਅਲੀ ਨੂੰ ਦਿੱਤਾ ਗਿਆ ਫਰਿਆਦ ਅਲੀ ਦੇ ਜਫੇ ਤੋਂ ਬਾਅਦ ਵੀ ਕਬੱਡੀ ਫਿਰ ਅੰਗਰੇਜ਼ ਖੀਰਾ ਵਾਲੀਆਂ ਪਾਉਣ ਦੇ ਲਈ ਖੀਰਾ ਵਾਲੀਆਂ ਅੰਗਰੇਜ਼ ਕਬੱਡੀ ਪਾ ਰਿਹਾ ਸਰਦਾਰ ਮਨਦੀਪ ਸਿੰਘ ਜੀ ਡੀਪੀ ਆਸਟ੍ਰੇਲੀਆ ਵਾਲੇ ਉਹਦੇ ਡੈਡੀ ਸਾਹਿਬ ਦਾ ਮਾਨ ਸਨਮਾਨ ਅੱਛਾ ਸਾਡੇ ਵੀਰ ਆਸਟ੍ਰੇਲੀਆ ਸਾਡੇ ਸਮੁੱਚੇ ਕਲੱਬ ਨੂੰ ਇੱਕ ਯਾਦਗਾਰ ਨਿਸ਼ਾਨੀ ਦੇ ਕੇ ਉਹਦਾ ਮਾਨ ਸਨਮਾਨ ਕੀਤਾ ਜਾ ਰਿਹਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਕਾਕਾ ਸਾਰੋ ਜੀ ਆਪਣਾ ਸਨਮਾਨ ਲੈਂਦੇ ਹੋਏ ਚੇਅਰਮੈਨ ਸਾਹਿਬ ਭੋਲੇ ਦੀਆਂ ਤਿੰਨ ਕਬੱਡੀਆਂ ਦੀ ਕਹਿੰਦੇ 2000 ਸਾਰੀਆਂ ਹੋਣਗੇ ਧਾਮੀਆਂ ਵੱਲੋਂ ਪਰ ਪਹਿਲੀ ਕਬੱਡੀ ਦਾ ਤਾਰੀ ਖੀਰਾ ਵਾਲੀ ਯਾਰ ਸਿੱਧੂ ਨੌਜਵਾਨ ਹੰਦੇ ਦੂਰ ਕਰਦਾ ਹੋਇਆ ਸਰਦਾਰ ਜਵਿੰਦਰ ਸਿੰਘ ਜੀ ਤਾਰੀ ਖੀਰਾ ਵਾਲੀਆਂ ਲਈ 2000 ਜੁੜ ਗਏ ਹੈ ਸਾਡੇ ਵੀਰ ਵਾਂਡੀ ਸੰਧੂ ਯੂਐਸਏ ਗੋਗੀ ਬੇਲੜਾ ਯੂਐਸਏ ਰੋਹੀ ਸਰਾਓ ਧਾਮਾ ਸੰਧੂ ਦੇ ਮੱਗੀ ਯੂਐਸਏ ਵੱਲੋਂ 2000 ਰੁਪਏ ਦਿੱਤਾ ਗਿਆ ਯਾਰ ਮਨਜੀਤ ਸਿੰਘ ਦੇ ਦੌਰ ਦਾ ਨਾਰਾ ਮੁੱਕਾ ਹੈ ਗੰਧੀ ਦੇ ਸ਼ੋਹਰਿਆਂ ਨਾਲ ਸਲਵਾਈਏ ਜੀ ਵਾਰ ਸਾਰੇ ਨਾਲ ਪਿਆਰਿਆਂ ਦੇ ਨਵੇਂ ਇਸ਼ਕ ਦੀ ਬਾਤ ਚਲਾਈਏ ਜੀ ਲਓ ਸ਼ਾਬਾਸ਼ ਇਹ ਵੀ ਆਪਣਾ ਸਨਮਾਨ ਲੈਂਦੇ ਹੋਏ ਬਹੁਤ ਬਹੁਤ ਧੰਨਵਾਦ ਦਰਸ਼ਨ ਖੁਰਮੀ ਜੀ ਪ੍ਰਧਾਨ ਸਾਹਿਬ ਨੂੰ ਬੇਟੇ ਵੀ ਸੁੱਖੇ ਸਰਪੰਚ ਨੂੰ ਮਿਲ ਲੈਣ ਸਟੇਜ ਦੇ ਕੋਲ ਹਰਗਨ ਗਾ ਗਿਆ ਮਾਨ ਸਨਮਾਨ ਕੀਤਾ ਦਰਸ਼ਨ ਖੁਰਮੀ ਜੀ ਬਹੁਤ ਬਹੁਤ ਧੰਨਵਾਦ ਮੇਰੇ ਕੋਲ ਦਵਿੰਦਰ ਸਰਪੰਚ ਜੀ ਬਹੁਤ ਵਧੀਆ ਕਬੱਡੀ ਕੰਮ ਕਰਾਉਂਦੇ ਨੇ ਦਵਿੰਦਰ ਸਰਪੰਚ ਜੀ ਦਵਿੰਦਰ ਸਰਪੰਚ ਮਲੇਰ ਖਾਣੇ ਵਾਲਾ ਵੀ ਆਏ ਆ ਰਾਜਗੀਆਂ ਦਾ ਪੁੱਛਿਆ ਹੋਇਆ ਬਹੁਤ ਬਹੁਤ ਧੰਨਵਾਦ ਬਾਈ ਦਾ ਲਓ ਗਗਨ ਜੋਗੇ ਵਾਲੇ ਗਾਗਿਆ ਤੋਂ 40 ਸਾਲ ਤੋਂ ਉੱਪਰ ਦੇ ਜਿਹੜੇ ਖਿਡਾਰੀ ਆ ਉਹ ਆਏ ਆ ਉਹਨਾਂ ਲਈ ਤਾੜੀਆਂ ਜ਼ੋਰਦਾਰ ਮਾਰ ਦਿਓ ਪ੍ਰੀ ਬਾਹ ਨੇ ਸਾਡੀ ਅੱਖਾਂ ਦੀ ਆਪਾਂ ਰਹੀਏ ਬੜੀ ਮਿਹਰਬਾਨੀ ਹੋਵੇਗੀ ਬਹੁਤ ਬਹੁਤ ਧੰਨਵਾਦ ਉਧਰ ਪ੍ਰੀਤਮ ਸਿੰਘ ਜੀ ਪ੍ਰਧਾਨ ਬੈਠੇ ਆ ਸਰਦਾਰ ਨਿਰਮਲ ਸਿੰਘ ਜੀ ਪੰਚ ਬੈਠੇ ਆ ਰਾਜਾ ਸਰਪੰਚ ਜੀ ਬੀਲੇ ਤੋਂ ਗਗਨ ਸਵਰਾਵਾ ਵਾਲਾ ਹਰੀ ਕੇ ਪੱਤਰ ਧੋਰੀ ਦਾ ਸਰਭਾਵੀ ਦਾ ਵਾਧਾ ਕਰਦਾ ਹੋਇਆ ਵੀ ਗੱਬਰ ਆ ਗਿਆ ਧਨੌਰੀ ਵਾਲਾ ਨੌਜਵਾਨ ਗੱਬਰ ਮੌਲੀ ਦਾ ਬਹੁਤ ਖਿਡਾਰੀ ਹੋਇਆ ਔਰ ਡੀਏਵੀ ਕਾਲਜ ਬਠਿੰਡਾ ਦੇ ਵਾਸਤੇ ਖੇਡਿਆ ਉਸੇ ਏਰੀਏ ਦਾ ਖਿਡਾਰੀ ਪਰ ਗੱਬਰ ਇਸ ਸਮੇਂ ਅਗਲੀ ਕਬੱਡੀ ਪਾਉਣ ਦੀ ਤਿਆਰੀ ਕਰਦਾ ਹੈ ਧਨੌਰੀ ਭਾਜੀ ਸਾਡੇ ਉਹ ਵੀ ਆਪਣਾ ਸਨਮਾਨ ਲਿਆ ਜੀ ਵਾਧੂ ਖਿਡਾਰੀ ਕਹਿੰਦੇ ਮੇਰੇ ਵੀਰ ਖੜੇ ਹੋ ਬੈਠ ਜਾਣਾ ਦਰਸ਼ਕਾਂ ਵੱਲੋਂ ਰਨ ਲੜ ਕੇ ਦਰਸ਼ਕਾਂ ਵੱਲੋਂ ਬੇਨਤੀ ਹੈ ਮਾਫੀ ਚਾਹੁੰਦੇ ਹਾਂ ਨਾਲ ਨਾਲ ਹੀ ਥੋੜ੍ਹਾ ਰੱਖ ਦਿਓ ਵੀ ਸਵੇਰ ਤੋਂ ਮਿੰਟਾਂ ਚੱਲੋ ਜੀ ਮਿੰਟਾਂ ਚੱਲੋ ਜੀ ਲਓ ਮਾਡੀ ਸੰਧੂ ਯੂਐਸਏ ਹਿੰਦੂ ਸਾਹਿਬ ਸਾਹਿਬ ਧਰਨਾ ਸੰਧੂ ਦੇ ਗਮੱਗੀ ਯੂਐਸਏ ਵੱਲੋਂ 1000 ਜਾਫੀ ਦੇ ਵਾਸਤੇ ਜੈਲੀ ਸੀਨੀਅਰ ਜੀ ਜੈਲੀ ਸੀਨੀਅਰ
ਨਾਮ ਹੋਇਆ ਲੋਕੇ ਚੁੱਕ ਕੇ ਬੱਚਾ ਬੋਰੀਆਂ ਦੇ ਪੁੱਤ ਮਾਪਿਆਂ ਦਾ ਸ਼ੇਰ ਮਾਰ ਸਰ ਪੰਜ ਦੀ ਕੋਈ ਨਹੀਂ ਬੈਠੇ ਮਾਰ ਦੇ ਸ਼ੇਰ ਨੂੰ ਭਲਾ ਦੇ ਵਾਲਾ ਉਖੜੇ ਪੈਰ ਭਰ ਲੈ ਕਰਾਵਾ ਲੱਗਾ ਹੋਇਆ ਜਫਾ ਦਿੱਲੀ ਦੂਰ ਹੈ 2000 ਰੁਪਏ ਦਾ ਜਫਾ ਹੈ ਜੇ ਮੈਚ ਵਧੀਆ ਲੱਗਦਾ ਗੱਡ ਮੰਗਲ ਸਰ ਮਾਰ ਦੋ ਦਰਸ਼ਕ ਵੀਰੋ ਹਾਂਜੀ ਹਾਂਜੀ ਮੰਗਲ ਸਰ ਪਾਰਟੀ ਸੰਧੂ ਜੀ ਇੱਥੇ ਗੋਬੀ ਕੋਈ ਆ ਸਨਮਾਨ ਲਓ ਜੀ ਆਓ ਧਰਮਾ ਸੰਧੂ ਬੱਦੀ ਦੇ ਸਾਹਿਬ 2000 ਬਹੁਤ ਬਹੁਤ ਧੰਨਵਾਦ ਹਾਂਜੀ ਹੋ ਗਏ ਜੀ ਸਟੇਜ ਤੇ ਸਨਮਾਨ ਲਓ ਸਾਹਮਣੇ ਭੋਲਾ ਧਨੌਰੀ ਵਾਲਾ ਮੇਰੇ ਵੀਰੋ ਇੱਕ ਪਾਸੇ ਤਾਰੀਆਂ ਖੀਰਾ ਵਾਰੀਆ ਦੂਜੇ ਪਾਸੇ ਭੋਲਾ ਧਨੌਰੀ ਵਾਲਾ ਲੱਗਿਆ ਪਿਆ ਜੋਰ ਦੇ ਪੁਆਇੰਟ ਜਿਹੜਾ ਇਸ ਵੇਲੇ ਧਨੌਰੀ ਜ਼ਿਲ੍ਹਾ ਰੋਪੜ ਸਹੇੜੀ ਵਾਲੇ ਭੀਮੇ ਨੂੰ ਦੁਨੀਆ ਜਾਣਦੀ ਹੈ ਤੇ ਉਸ ਕਹਿੰਦੇ ਇਲਾਕੇ ਦੀ ਟੀਮ ਮੇਰੇ ਵੀਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡ ਰਿਹਾ ਗਰਾਊਂਡ ਦੇ ਵਿੱਚ ਰਸ਼ ਜ਼ਿਆਦਾ ਹੈ ਮੇਰੀ ਬੇਨਤੀ ਹੈ ਵੀ ਆਪਾਂ ਥੋੜਾ ਸਾਈਡ ਤੇ ਹੋ ਜਾਈਏ ਜਿਹੜੇ ਨਹੀਂ ਖੇਡ ਰਹੇ ਬੈਠ ਜਾਣ ਲਓ ਸਾਰੇ ਚਾਰ ਜਫਿਆਂ ਦੇ ਬੋਲਿਆ ਹਰ ਧਾਰਾ ਹੁਣ ਮੁਕਾਬਲਾ ਕਿਸ ਨਾਲ ਜਾਂਦੇ ਨਾਲ ਹੋਵੇਗਾ ਇੱਕ ਪਾਸੇ ਮੰਗਲ ਸਭਰਾਵਾ ਵਾਲਾ ਦੂਜੇ ਪਾਸੇ ਮੰਗਲ ਦੇ ਸ਼ਬਦ ਕਿਸ਼ਨਪੁਰੀਆ ਦੇ ਨਾਲ ਜਨ ਸਭਰਾਵਾ ਵਾਲਾ ਮੰਗਲ ਲੱਗਿਆ ਪਿਆ ਜੋ ਮਨੀ ਦਾ ਫੈਸਲਾ ਵੀ ਪੁਆਇੰਟ ਜਿਹੜਾ ਲੈਂਡਰ ਦੇ ਵਾਸਤੇ ਹੈ ਤੁਹਾਡੇ
ਇੱਥੇ ਆਪਾਂ ਜੇ ਚੁੱਪ ਕਰਕੇ ਸਨਮਾਨ ਕਰ ਲਈਏ ਤਾਂ ਗਰਾਊਂਡ ਦੀ ਕਮੈਂਟਰੀ ਦਾ ਸਨਮਾਨ ਕੁਲਦੀਪ ਸਿੰਘ ਜੀ ਆਰਤੀਆ ਸਾਹਿਬ ਖੀਰਾਵਾਲ ਉੱਥੇ ਹੋ ਗਿਆ ਸਾਹਮਣੇ ਨੌਜਵਾਨ ਕਿ ਜਿਹੜੇ ਰੁੱਤੇ ਕਣਕਾਂ ਨੂੰ ਪਹਿਲਾਂ ਪਾਣੀ ਲਾਉਂਦੇ ਜੱਟ ਤੋੜੀਆਂ ਨੂੰ ਪੈਂਦੇ ਕਿ ਫੁੱਲ ਦੇ ਖੜਾ ਦੀ ਰੱਬਾ ਦੇ ਰਿਹਾ ਸਾਰੀ ਦੀ ਉਮਰ ਤੇਰਾ ਤਾਰੀ ਜਾਵਾਂ ਫੁੱਲ ਵੇ ਸਾਰਾ ਫੁੱਲੀ ਨਿਕਲ ਪਾਈ ਹੋਈ ਹੈ ਤਾਰੀ ਖੀਰਾ ਵਾਲੀ ਆ ਖੇਡਿਆ ਨੌਜਵਾਨ ਕਹਿੰਦੇ 155 ਦੇ ਵਿੱਚ ਕੈਨੇਡਾ ਦੇ ਕਹਿੰਦੇ ਓਪਨ ਦੇ ਵਿੱਚ ਲਓ ਅਗਲੀ ਕਬੱਡੀ ਫਿਰ ਮੈਦਾਨ ਦੇ ਵਿੱਚ ਜਗਨ ਸਭਰਾਵਾਂ ਵਾਲਾ ਪਾਉਣ ਦੇ ਲਈ ਵਾਧਾ ਹੋਇਆ ਨੌਜਵਾਨ ਕਬੱਡੀ ਦੇ ਨੌਜਵਾਨ ਨੂੰ ਘਰ ਦੇ ਪਰਿਵਾਰ ਦੇ ਵਿੱਚੋਂ ਕਬੱਡੀ ਮਿਲੀ ਹੈ ਜਿਵੇਂ ਜਗਤਾਰ ਧਨੋਰੇ ਦਾ ਸਾਰਾ ਪਰਿਵਾਰ ਕਹਿੰਦੇ ਕਬੱਡੀ ਖੇਡਿਆ ਹੈ ਇਸ ਨੌਜਵਾਨ ਦਾ ਪਰਿਵਾਰ ਵੀ ਕਬੱਡੀ ਖੇਡਦਾ ਰਹੇ ਸਾਹਿਬ ਦੇ ਦਾਦਾ ਜੀ ਵੱਡਾ ਨਾਮ ਰਿਹਾ ਔਰ ਅਮਰਿੰਦਰ ਕਿਸ਼ਨਪੁਰੇ ਵਾਲਾ ਕਰਾਲੀ ਦੇ ਏਰੀਏ ਦਾ ਖਿਡਾਰੀ ਕੋਸ਼ਿਸ਼ ਕਰਦਾ ਹੋਇਆ ਮੇਰੀ ਢਾਬੀਦ ਹੈ ਬਾਰ ਬਾਰ ਇਹੀ ਬੇਨਤੀ ਹੈ ਵੀ ਪਲੀਜ਼ ਬੈਠ ਜਾਓ ਯਾਰ ਪਤਾ ਨਹੀਂ ਸਾਡੇ ਬੰਦਿਆਂ ਨੂੰ ਸੁਣਦਾ ਨਹੀਂ ਪਤਾ ਜਾਣ ਕੁਝ ਕੀ ਨਹੀਂ ਬੈਠਦੇ ਆਪ ਭੀੜ ਫਿੱਕੇ ਢਾਲੇਵਾਲ ਪ੍ਰਸਿੱਧ ਗੀਤਕਾਰਾਂ ਦਾ ਸਨਮਾਨ ਕਰ ਰਹੇ ਸੁਖੇ ਸਰਪੰਚ ਹੋਣੀ ਇਕਬਾਲ ਸਿੰਘ ਜੀ ਸਰਪੰਚ ਸਾਹਿਬ ਫਿੱਕੀ ਢਾਲੇਵਾਲ ਪ੍ਰਸਿੱਧ ਗੀਤਕਾਰ ਹੈ ਉਹਨੇ ਢਾਲੇਵਾਲ ਨਾ ਕਰ ਮੁਲਾਕਾਤ ਦੀਆਂ ਵਾੜੀਆਂ ਗੱਲ ਅਜੇ ਹੋਈ ਹੋਈ ਹੈ ਲੇਕਿਨ ਢਾਲੇਵਾਲ ਫਿਰ ਘੱਟ ਨਹੀਂ ਪਹੁੰਚਿਆ ਬਹੁਤ ਬਹੁਤ ਧੰਨਵਾਦ ਪੰਜਾਬ ਦੇ ਪ੍ਰਸਿੱਧ ਲਿਖਾਰੀ ਪੁੱਜੇ ਹੋਏ ਆ ਪਰ ਇਧਰਲੇ ਪਾਸੇ ਗੱਲਾਂ ਹੋ ਗਈਆਂ ਫਰਿਆਦ ਲਈ ਇਹ ਗੱਲਾਂ ਹੋ ਗਈਆਂ ਮੈਦਾਨ ਦੇ ਵਿੱਚ ਆ ਮੇਰੀ ਸਾਹ ਫਰਿਆਦ ਦਾ ਲੱਗਿਆ ਹਜੇ ਫਸ ਸਗਰਪੁਰੀਏ ਨੇ ਫਰਿਆਦ ਦਾ ਜੱਫਾ ਮੇਲਾ ਲੁੱਟ ਲਿਆ ਸਗਰਪੁਰੀਏ ਨੇ ਇੱਥੋਂ 1200 ਰੁਪਏ ਦਾ ਮੇਰੇ ਵੀਰ ਮੁੰਟੀ ਸੰਧੂ ਗੋਗੀ ਬੇਲੜਾ ਰੋਹੀ ਸਰਾਓ ਧਾਮਾ ਸੰਧੂ ਤੇ ਮੱਗੀ ਵਸੇ ਵੱਲੋਂ ਜਿਹੜਾ 1500 ਰੁਪਏ ਦਾ ਹਰ ਇੱਕ ਜੱਫਾ ਮੇਰੇ ਵੀਰ ਇਸ ਤੋਂ ਬਾਅਦ ਲੱਗਣਾ ਹੈ ਜਿਹੜਾ ਵੀ ਜਾਫੀ ਇਸ ਮੈਚ ਵਿੱਚ 5 ਜੱਫੇ ਫਰਿਆਦ ਦੇ ਆਹ ਮੈਚ ਵਿੱਚ ਹੋ ਗਿਆ ਲਓ ਸਾਹਮਣੇ ਮਨੀ ਧਨੋਰੀ ਵਾਲਾ ਹੋ 1500 ਮਨੀ ਧਨੋਰੀ ਵਾਲੇ ਦੇ ਲਈ ਫਿਰ ਆ ਗਿਆ ਅਜੇ ਵੀਰਾ ਵਿੱਚ ਪ੍ਰਮਾਣ ਹੈ ਖੱਡਿਆ ਵਾਲੇ ਸੱਤੇ ਨੂੰ ਖਿਡਾਰੀ ਫਸੇ ਮਾਹੀ ਜੀ ਲੈ ਲਓ ਸਨਮਾਨ ਤੋਂ ਬੋਲ ਤਾਂ ਜੀ ਮਨੀ ਸੰਧੂ ਦੇ ਉੱਤੇ ਮਾਣ ਹੈ 1500 ਰੁਪਏ ਮਾਟੀ ਸੰਧੂ ਗੋਗੀ ਬੇਲੜਾ ਮਗੀ ਯੂਐਸਏ ਧਾਮਾ ਸਰ ਸੰਧੂ ਰੋਹਿਤ ਸਰਾਵ ਹੋਰਾਂ ਵੱਲੋਂ ਮਨੀ ਸੰਧੂ ਦੇ ਵਾਸਤੇ ਲਓ ਗਗਨ ਜੋਗੇ ਵਾਲੀਆ ਕਿ ਜੋਗੇ ਵਾਲੀਆ ਗਗਨ ਰੇਡਾ ਟਾਪ ਦੀਆਂ ਪਾਉਂਦਾ ਹੈ ਬੱਗੇ ਪਿੰਡ ਦਾ ਦੁੱਲਾ ਮੇਰਾ ਹੱਥ ਕਿਸੇ ਦੇ ਆਉਂਦਾ ਹੈ ਮੰਗਾ ਮਿੱਠਾ ਪੁਰੀਆ ਕਹਿੰਦੇ ਲੱਗੇ ਬਹਾਰ ਜਹਾ ਹੱਗ ਪਾਲੀਆ ਮੁੜ ਨਹੀਂ ਜੰਮਣਾ ਕੋਈ ਹਰਜੀਤ ਬਰਾੜ ਜਹਾ ਇਹ ਹਰਜੀਤ ਬਰਾੜ ਦੀ ਖੇਡ ਦੇ ਵਾਰਸ ਨੇ ਔਰ ਸਾਹਮਣੇ ਫਿਰ ਨੌਜਵਾਨ ਗਗਨ ਜੋਗੇ ਵਾਲੀਆ ਇੱਧਰ ਵੀ ਗਗਨ ਹੈ ਉੱਧਰ ਵੀ ਗਗਨ ਹੈ ਇਹ ਹੈ ਗਗਨ ਨੌਜਵਾਨ ਸਭਰਾਵਾਂ ਵਾਲਾ ਅਗਲੀ ਰੇਡ ਪਾਉਣ ਦੇ ਵਾਸਤੇ ਫਿਰ ਵਾਧਾ ਹੋਇਆ ਪਸੀਨਾ ਪੁੰਝਿਆ ਨੌਜਵਾਨ ਨੇ ਔਰ ਹਰ ਦੇ ਚਾਰ ਜਾਫੇ ਨੂੰ ਵੇਖਿਆ ਇੱਕ ਪਾਸੇ ਲਹਿਲਾ ਜੋਗੇ ਵਾਲੀਆ ਦੂਸਰੇ ਪਾਸੇ ਸ਼ੇਰੂ ਧਨੋਰੀ ਵਾਲਾ ਨਾਲ ਕਹਿੰਦੇ ਨੌਜਵਾਨ ਮਨੀ ਜਿਹਨੇ ਪਹਿਲਾਂ ਤਕੜਾ ਜੱਫਾ ਲਾਇਆ ਉਹ ਮੁਕਾਬਲਾ ਸ਼ੇਰੂ ਦੇ ਨਾਲ ਮਹਿਬ ਸਿੰਘ ਡੈਨੀ ਦਰਬੇ ਵਾਲੇ ਦਾ ਫੈਸਲਾ ਵੀ ਨੰਬਰ ਰੇਡਰ ਦੇ ਹਿੱਸੇ ਜਾ ਜਿਹੜੇ ਖੀਰਾਵਾਲ ਦੀ ਟੀਮ ਦੇ ਲਈ ਪਾਰ ਜੁੜਦਾ ਹੋਇਆ ਜਦੋਂ ਵੀ ਆਹ ਮੈਚ ਸਮਾਪਤ ਹੋਊਗਾ ਬਜ਼ੁਰਗਾਂ ਦਾ ਮੈਚ ਹੋਣਾ 40 ਸਾਲ ਤੋਂ ਉੱਪਰ ਦੇ ਵੈਟਰਨ ਖਿਡਾਰੀਆਂ ਦਾ ਠੀਕ 10 ਮਿੰਟ ਦੇ ਬਾਅਦ ਫਾਈਨਲ ਮੈਚ ਹੋਊਗਾ ਠੀਕ 10 ਮਿੰਟ ਦੁੱਕਾਂ ਦੀ ਟੀਮ ਨੂੰ ਮੇਰੀ ਬੇਨਤੀ ਆ ਵੀ ਉਹ ਗਰਾਊਂਡ ਦੇ ਲਾਗੇ ਆ ਗਏ ਦੁੱਕਾਂ ਦੀ ਟੀਮ ਆਪਾਂ ਲੋਕਾਂ ਨੂੰ ਫਾਈਨਲ ਮੈਚ ਦਿਖਾਉਣਾ ਹੈ ਰਿਜ਼ਲਟ ਦੇਣਾ ਧੂਰੀ ਦੇ ਕਬੱਡੀ ਕੱਪ ਦਾ ਪਲੀਜ਼ ਸਾਡੀ ਬੇਨਤੀ ਆ ਦੁੱਕਾਂ ਦੀ ਟੀਮ ਜਲਦੀ ਦੇ ਨਾਲ ਹੀ ਖੇਡ ਮੈਦਾਨ ਦੇ ਵਿੱਚ ਆਵੇ ਗਗਨ ਜੋਗੇ ਵਾਲੀ ਆ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਉਧਰ ਗੱਡੀ ਚੱਲਦੀ ਆ ਲੀਕਾਂ ਤੇ ਅੱਗੇ ਮਾਹੀਆ ਨਿੱਤ ਮਿਲਦਾ ਹੁਣ ਮਿਲਦਾ ਤਰੀਕਾ ਤੇ ਹੁਣ ਮਿਲਦਾ ਤਰੀਕਾ ਤੇ ਨੌਜਵਾਨ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਰਵੀ ਆਲੋ ਅੱਜ ਢੇਰੀਆਂ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਚਾਰ ਵਿਅਕਤੀ ਤਿਆਰ ਹੋਏ ਮਨੀ ਧਨੋਰੀ ਵਾਲਾ ਨਾ ਵੇਖਣਾ ਵੀ ਸ਼ੇਰੂ ਦੇ ਮੁਕਾਬਲਾ ਹੋ ਚੁੱਕਿਆ ਹੈ ਜੋਗੇ ਵਾਲੀ ਇਸ ਵੇਲੇ ਖੇਡ ਮੈਦਾਨ ਉੱਪਰ ਕਬੱਡੀ ਪਾ ਰਿਹਾ ਮੇਰੇ ਵੀਰੋ ਜੁੜੇ ਤੇ ਪਤਾ ਹੋਇਆ ਕਿੱਦਾਂ ਕਬੱਡੀ ਦਾ ਮਿਆਰ ਜਿਹੜੇ ਦਾ ਜਾ ਰਿਹਾ ਮੈਂ ਪੰਜਾਬ ਦੇ ਅਖਬਾਰਾਂ ਵਿੱਚ ਵੀ ਗੱਲ ਕਰਦਾ ਨੀ ਮਿਆਰ ਆਪਾਂ ਦੇ ਫਰਕ ਰਹਾ ਫਰਕ ਹੈ ਮੇਰੇ ਵੀਰੋ ਚੱਲਦੇ ਹੋਏ ਮੈਚ ਦਾ ਹੁਣ ਤੋਂ ਜਿੰਨੇ ਵੀ ਜਫੇ ਆ ਮੈਚ ਵਿੱਚ ਲੱਗੇ
वाले ने 2000 का जफा लाया इस भोले धनौरी वाले भी मेहर है कोई ज्यादा फर्क नहीं कि हले तो यक मैदान के विच है कुछ भी हो सकता है हले तो तीर कमान के विच है कुछ भी हो सकता है कुछ भी हो सकता है मैच चल रहे हैं कोई भी टीम आखिरी पल तक जाके मैच का पासा बन सकता है कोई भी खिलाड़ी ना सामने फिर रवि अलवाल ढेरिया वाला आ गया रवि सूरज नु कहते थे सूरज नु भार नहीं कहते थे रवि भी कहते थे और इधरले पास फिर रवि जी पेशी कबड्डी सूरज के बहुत सारे नारे अलवाल ढेरिया वाला रवि इस वे खेल मैदान के कबड्डी पा रहा है हेलो मेरी बेनती दुबा भी टीम ग्राउंड में आवे लाओ शेर धनौरी मैच हुन चले नहीं दूजे पास रवि अलवाल ढेरिया अपनी टीम के लिए जोड़ता हुआ रवि सरपंच साहब मुबारकबाद तेरे सारे साथियों एक मिनट सारे भावों मुबारक